में ना एक वकील साहब की डेथ हो जाती है, वो कब्र में जाते हैं और उधर वहां जाके जो वकील साहब और फरिश्ते के दरमियान जो मुकालमा डायलॉग होता है वो भाइयों की खिदमत पेश करूंगा। कहता कि कब्र च रात सी, वकील साहब दसते हैं कि कब्र च रात सी, बड़ा ही सुकून सी। स्कूल का लेवल चेक कीजिएगा। अंदर कब्र च रात सी, बड़ा ही सुकून सी, ना उत्थे फैलां सन ना उत्थे सुकून सी। अंदर कब्र च रात सी, बड़ा ही सुकून सी, ना उत्थे फैलां सन ना उत्थे सुकून सी, ना उत्थे केमिकल ताड़ी पर जाए ना उत्थे केमिकल ताड़ी पर जाएगी, ना सी लड़ाई उत्थे सोहरे ते जवाई दी। ਅੰਦਰ ਚਿੱਟੇ ਮੇਰੇ ਕੱਪੜੇ ਕਿਸਾ ਬੰਦੇ ਚਿੱਟੇ ਮੇਰੇ ਕੱਪੜੇ ਤੇ ਇੱਟ ਦਾ ਸਰਾਣਾ ਸੀ, ਅਤਰਾਂ ਦੇ ਦੁੱਲੇ ਮੇਰਾ ਸੱਜਣਾ ਸਜਾਣਾ ਸੀ। ਅੰਦਰ ਕਬਰ ਚ ਰਾਤ ਸੀ, ਬੜਾ ਹੀ ਸਕੂਨ ਸੀ, ਨਾ ਉੱਥੇ ਪਹਿਲਾ ਸਨ ਨਾ ਉੱਥੇ ਫੂਨ ਸੀ, ਨਾ ਉੱਥੇ ਕਿਲ ਕਿਲ ਤੁਹਾਡੀ ਪਰ ਜਾਈ ਦੀ, ਨਾ ਸੀ ਲੜਾਈ ਅਤੇ ਸਰੋਂ ਦੇ ਜਵਾਈ ਦੇ। ਚਿੱਟੇ ਮੇਰੇ ਕੱਪੜੇ ਤੇ ਇੱਟ ਦਾ ਸਰਾਣਾ ਸੀ, ਅਤਰਾਂ ਦੇ ਦੁੱਲੇ ਮੇਰਾ ਸੱਜਣਾ ਸਜਾਣਾ ਸੀ। ਅੰਦਰ ਰਾਤ ਹੋਈ ਪਿਛਲੀ ਦਾ ਤਾਰਿਆਂ ਨੇ ਤਾਰ ਕੇ, ਅੰਦਰ ਰਾਤ ਹੋਈ ਪਿਛਲੀ ਤਾਂ ਤਾਰਿਆਂ ਨੇ ਤਾਰ ਕੇ ਉਠਾ ਲਿਆ, ਫਰਿਸ਼ਤੇ ਨੇ ਟੁੱਟਾ ਇੱਕ ਮਾਰ ਕੇ। ਅੰਦਰ ਰਾਤ ਹੋਈ ਪਿਛਲੀ ਤਾਂ ਤਾਰਿਆਂ ਨੇ ਤਾਰ ਕੇ ਉਠਾ ਲਿਆ, ਫਰਿਸ਼ਤੇ ਨੇ ਟੁੱਟਾ ਇੱਕ ਮਾਰ ਕੇ। ਮੈਂ ਦਿੱਤੀ ਵਾਰ ਮੁਨਸ਼ੀ ਨੂੰ ਕਿੱਥੇ ਮਰਿਆ, ਅੰਦਰ ਮੈਂ ਦਿੱਤੀ ਵਾਰ ਮੁਨਸ਼ੀ ਨੂੰ ਕਿੱਥੇ ਤੂੰ ਮਰਿਆ, ਕਬਰ ਮੈਂ ਜਾ। ਅੰਦਰ ਮੈਂ ਦਿੱਤੀ ਵਾਰ ਮੁਨਸ਼ੀ ਨੂੰ ਕਿੱਥੇ ਤੂੰ ਮਰਿਆ, ਚੈਂਬਰ ਵਿੱਚੋਂ ਬਾਹਰ ਕੱਢ ਕੌਣ ਲਾਉਣ ਵੜਿਆ। ਫਰਿਸ਼ਤਾਂ ਦਾ ਅੱਗੇ ਲੱਗ ਸੋਹਣਿਆ ਵਾ, ਫਰਿਸ਼ਤਾਂ ਦਾ ਅੱਗੇ ਲੱਗ ਸੋਹਣਿਆ, ਅੱਜ ਪਾਉਣਾ ਰੌਲਾ ਰੱਟਾਂ ਨੀ, ਰਿਸ਼ਤਾਂ ਦਾ ਅੱਗੇ ਲੱਗ ਸੋਹਣਿਆ, ਅੱਜ ਪਾਉਣਾ ਰੌਲਾ ਰੱਟਣ ਲਈ, ਕਬਰ ਆ ਜਨਾਬ ਦੀ ਕਚਹਿਰੀ ਵਿੱਚ ਫੱਟਣ। ਰਿਸ਼ਤਾਂ ਦਾ ਅੱਗੇ ਲੱਗ ਸੋਹਣਿਆ, ਅੱਜ ਪਾਉਣਾ ਰੌਲਾ ਰੱਟਣ ਲਈ, ਕਬਰ ਆ ਜਨਾਬ ਦੀ ਕਚਹਿਰੀ ਵਿੱਚ ਫੱਟਣ ਲਈ। ਆਂਦਾ ਆਵਾਜ਼ ਵਿੱਚ ਰੋਪ, ਉਹਨੂੰ ਗੁੱਸਾ ਸੀ ਅਖੀਰ ਦਾ, ਕਿਸਾ ਬੰਦੇ ਆਵਾਜ਼ ਵਿੱਚ ਰੋਪ, ਉਹਨੂੰ ਗੁੱਸਾ ਸੀ ਅਖੀਰ ਦਾ, ਮਾਰਿਆ ਮੈਂ ਮਰ ਗਿਆ ਮਾੜੀ ਤਕਦੀਰ ਦਾ, ਪੁੱਛਿਆ ਸੀ ਫਿਰ ਮੈਂ ਅਦਬਾ ਅਦਾਬਾਂ ਨਾਲ, ਕਿੱਥੇ ਅੱਜ ਜਾਣਾ ਹੈ ਮੈਂ ਸੋਹਣੀ ਜਨਾਬਾਂ ਨਾਲ। ਰਿਸ਼ਤਾਂ ਦਾ ਛੇਤੀ ਛੇਤੀ ਉੱਠ ਕੇ ਤੂੰ ਕਰ ਲੈ ਤਿਆਰ, ਰਿਸ਼ਤਾਂ ਦਾ ਛੇਤੀ ਛੇਤੀ ਉੱਠ ਕੇ ਤੂੰ ਕਰ ਲੈ ਤਿਆਰੀਆਂ, ਤੇਰੇ ਵੇਟ ਵਿੱਚ ਨੇ ਜਹੰਨਮੀ ਸਵਾਰੀਆਂ। ਰਿਸ਼ਤਾਂ ਛੇਤੀ ਛੇਤੀ ਉੱਠ ਕੇ ਤੂੰ ਕਰ ਲੈ ਤਿਆਰੀਆਂ, ਤੇਰੇ ਵੇਟ ਵਿੱਚ ਨੇ ਜਹੰਨਮੀ ਸਵਾਰੀਆਂ। ਕੀ ਸਾਹਿਬ ਆਉਂਦੇ ਹੌਸਲੇ ਨਾਲ ਗੱਲ ਕਰ, ਰਿਸ਼ਤੇ ਨੂੰ ਆਉਂਦੇ ਭਾਈ ਹੌਸਲੇ ਨਾਲ ਗੱਲ ਕਰ, ਰੋਬ ਐਵੇਂ ਪਾ ਨਾ, ਅਤੇ ਹੌਸਲੇ ਨਾਲ ਗੱਲ ਕਰ, ਰੋਬ ਐਵੇਂ ਪਾ ਨਾ, ਕਿੱਥੇ ਨੇ ਜਹੰਨਮਾ ਦੇ ਆਰਡਰ ਤੇ ਵਿਖਾ। ਜਿੰਨੇ ਨੇ ਗੁਨਾਹ ਤੇਰੇ ਮਿਲਣੀ ਨਾ ਮਾਫ਼ੀ, ਫਰਿਸ਼ਤਾਂ ਦਾ ਜਿੰਨੇ ਨੇ ਗੁਨਾਹ ਤੇਰੇ ਮਿਲਣੀ ਨਾ ਮਾਫ਼ੀ, ਦੋਸਤਾਂ ਚ ਜਾਣ ਲਈ ਵਕੀਲ ਹੋਣਾ ਕਾਫ਼ੀ, ਜਿੰਨੇ ਨੇ ਗੁਨਾਹ ਤੇਰੇ ਮਿਲਣੀ ਨਾ ਮਾਫ਼ੀ, ਦੋਸਤਾਂ ਚ ਜਾਣ ਲਈ ਵਕੀਲ ਹੋਣਾ ਕਾਫ਼ੀ। ਵਕੀਲ ਸਾਹਿਬ ਨੇ ਹੌਲੀ ਹੌਲੀ ਗੱਲ ਕਰ, ਫਰਿਸ਼ਤੇ ਮੰਨਦੇ ਹੌਲੀ ਹੌਲੀ ਗੱਲ ਕਰ, ਰੌਲਾ ਐਵੇਂ ਪਾ ਨਾ, ਗਵਾਂਢ ਮੇਰੇ ਸੁੱਤੇ ਨੇ ਤੇ ਸੁੱਤਿਆਂ ਜਗਾ। ਕਹਿੰਦੇ ਹੌਲੀ ਹੌਲੀ ਗੱਲ ਕਰ, ਰੌਲਾ ਐਵੇਂ ਪਾ ਨਾ, ਗਵਾਂਢ ਮੇਰੇ ਸੁੱਤੇ ਨੇ ਤੇ ਸੁੱਤਿਆਂ ਜਗਾ ਨਾ। ਫਰਿਸ਼ਤਾਂ ਦਾ ਗਵਾਂਢ ਤੇਰੇ ਕਿਹੜਾ, ਇੱਥੇ ਸ਼ੇਰ ਸ਼ਾਹ ਬੁਖਾਰੀ ਸੀ। ਰਿਸ਼ਤਾਂ ਦਾ ਗਵਾਂਢ ਤੇਰੇ ਕਿਹੜਾ, ਇੱਥੇ ਸ਼ੇਰ ਸ਼ਾਹ ਬੁਖਾਰੀ ਸੀ, ਇੱਕ ਸੀ ਪੁਲਿਸ ਵਾਲਾ ਇੱਕ ਪਟਵਾਰੀ ਸੀ। ਕਹਿੰਦੇ ਗਵਾਂਢ ਤੇਰੇ ਕਿਹੜਾ, ਇੱਥੇ ਸ਼ੇਰ ਸ਼ਾਹ ਬੁਖਾਰੀ ਸੀ, ਇੱਕ ਸੀ ਪੁਲਿਸ ਵਾਲਾ ਇੱਕ ਪਟਵਾਰੀ ਸੀ। ਮੇਰੇ ਲਈ ਉਹਨਾਂ ਨੂੰ ਤੋਂ ਉੱਥੇ ਹੁਣ ਜਾ ਕੇ ਹੁਣੇ ਹੁਣੇ ਆਇਆ ਮੈਂ ਦੋਸਤਾਂ ਚ ਲਾ ਕੇ। ਵਕੀਲ ਸਾਹਿਬ ਆਉਂਦੇ ਆ, ਯਾਰ ਜਨਤਾ ਦੇ ਵਿੱਚ ਵੀ ਤੇ ਮਾਨਸਾਂ ਦੀ ਲੋੜ, ਮਾਨਸ ਵੀ ਨੀ ਇਨਸਾਨ। ਕਹਿੰਦੇ ਯਾਰ ਜਨਤਾ ਦੇ ਵਿੱਚ ਵੀ ਤੇ ਮਾਨਸਾਂ ਦੀ ਲੋੜ ਆ, ਕੋਈ ਹੋਰ ਇੱਥੋਂ ਲੈ ਜਾ ਤੈਨੂੰ ਬੰਦਿਆਂ ਦੀ ਥੋੜ੍ਹ ਹੈ। ਕਹਿੰਦੇ ਜਨਤਾ ਦੇ ਵਿੱਚ ਵੀ ਤੇ ਮਾਨਸਾਂ ਦੀ ਲੋੜ ਆ, ਕੋਈ ਹੋਰ ਇੱਥੋਂ ਲੈ ਜਾ ਤੈਨੂੰ ਬੰਦਿਆਂ ਦੀ ਥੋੜ੍ਹ ਹੈ। ਨਾਲੇ ਮੈਂ ਅਫੀਸਰ ਆਫ ਕੋਰਟ ਆ, ਕੁੱਥੋਂ ਲੱਗਿਆ ਸਾਹ ਪਾਈ, ਨਾਲੇ ਮੈਂ ਅਫੀਸਰ ਆਫ ਕੋਰਟ ਆ, ਕੋਈ ਥੋੜ੍ਹਾ ਜਿਹਾ ਸਾਹ ਪਾ ਤੇ ਗੱਲ ਨੂੰ ਤੇ ਚਿੱਤ ਕੇ ਕਾਨੂੰਨੀ ਜਿਹਾ ਰਾਹ ਕੱਢ, ਦੋਸਤਾਂ ਦੇ ਪਾਠ ਸਾਥ ਜਨਤਾ ਦੇ ਭਰ ਦੇ। ਕਹਿੰਦੇ ਮੈਂ ਅਫੀਸਰ ਆਫ ਕੋਰਟ ਆ, ਕੋਈ ਥੋੜ੍ਹਾ ਜਿਹਾ ਸਾਹ ਪਾ ਤੇ ਗੱਲ ਨੂੰ ਤੇ ਚਿੱਤ ਕੇ ਕਾਨੂੰਨੀ ਜਿਹਾ ਰਾਹ ਕੱਢ, ਦੋਸਤਾਂ ਦੇ ਪਾਠ ਸਾਥ ਜਨਤਾ ਦੇ ਭਰ ਦੇ, ਕੋਈ ਚਾਹ ਪਾਣੀ ਲੈ ਪੈ ਰੱਬਾ ਦੇ ਭਰ ਦੇ। ਕਬਰ ਚ ਪੈ ਕੇ ਵੀ ਦਈ ਦੇਣ ਵੱਡੀ ਦੋਸਤ ਕੀ, ਵਕੀਲਾਂ ਦਾ ਵੀ ਆਪਣਾ ਮੁਕਾਮ ਹੈ, ਫਰਿਸ਼ਤਾ ਇੰਟਰਸਟ ਕ੍ਰੀਏਟ ਕਰਦਾ ਤੇ ਨਾਲੇ ਦੋਸਤ ਕੀ, ਵਕੀਲਾਂ ਦਾ ਵੀ ਆਪਣਾ ਮੁਕਾਮ ਹੈ, ਸ਼ੈਤਾਨ ਘਰੇ ਚੱਕਰੀ ਤੇ ਕਰਦਾ ਸਲਾਮ। ਕਿਸਾ ਬੰਦੇ ਹੈ ਉੱਥੇ ਵੀ ਵਕਾਲਤਾਂ ਦੇ ਹੈ ਨੇ ਸਿਆਸਤਾਂ, ਅਤੇ ਹੈ ਉੱਥੇ ਵੀ ਵਕਾਲਤਾਂ ਦੇ ਹੈ ਨੇ ਸਿਆਸਤਾਂ, ਫਰਿਸ਼ਤਾ ਤਾਂ ਉੱਥੇ ਵੀ ਇਲੈਕਸ਼ਨ ਹੁੰਦੇ ਸਰਕਾਰ।
ਜਿਸ ਤਰ੍ਹਾਂ ਦਾ ਉੱਥੇ ਵੀ ਇਲੈਕਸ਼ਨ ਹੁੰਦੇ ਸਰਕਾਰ ਨੇ ਫਲੈਕਸ ਅਤੇ ਬੈਨਰਾਂ ਦੇ ਚੰਗੇ ਕਾਰੋਬਾਰ ਨੇ ਤੇ ਸੈਕਟਰੀ ਸਭਾ ਦੀਆਂ ਉੱਚੀਆਂ ਸ਼ਾਨਾਂ ਨੇ ਕੀਤੇ ਉਹਨਾਂ ਕਬਜ਼ੇ ਤੇ ਪਾਲੀਆਂ ਦੁਕਾਨਾਂ ਨੇ ਹੁੱਕੇ ਪਾਣੀ ਸਿਫਤਾਂ ਤੇ ਚਾਹ ਦੇ ਸਬੀਲ ਨੇ ਵਕੀਲਾਂ ਦੀਆਂ ਬਾਰਕਾਂ ਚ ਸਦਰ ਵਕੀਲ ਨੇ ਤੇ ਵਕੀਲ ਸਾਹਿਬ ਦਾ ਯਾਰ ਛੱਡਣਾ ਤੂੰ ਆਵੀ ਕਿਤੇ ਵਿੱਚੋਂ ਪਿਆ ਡਰਦਾ ਛੱਡਣਾ ਤੂੰ ਆਵੀ ਕਿਤੇ ਵਿੱਚੋਂ ਪਿਆ ਡਰਦਾ ਦੋਸਤਾਂ ਦੀ ਸੈਰ ਨੂੰ ਦਿਲ ਮੇਰਾ ਕਰਦਾ ਹਨਾ ਦੋਸਤਾਂ ਚ ਵੜਿਆ ਤੇ ਵੱਖਰੇ ਨਜ਼ਾਰੇ ਸਨ ਦੋਸਤਾਂ ਜਾ ਕੇ ਕਿਆ ਦੇਖਦੇ ਹਨਾ ਦੋਸਤਾਂ ਚ ਵੜਿਆ ਤੇ ਵੱਖਰੇ ਨਜ਼ਾਰੇ ਸਨ ਵਜ਼ੀਰਾਂ ਦੀਆਂ ਕੋਠੀਆਂ ਤੇ ਲੀਡਰੀ ਜਵਾਰੇ ਸਨ ਹਨਾ ਇੱਕ ਥਾਂ ਸੀ ਅੱਗ ਦੇ ਲੰਬੂ ਪੈ ਸ਼ੂਕ ਦੇ ਵਿੱਚ ਸਨ ਕੁਝ ਬੰਦੇ ਹਾਏ ਹਾਏ ਕੂਕਦੇ ਹਨਾ ਮੈਂ ਪੁੱਛਿਆ ਫਰਿਸ਼ਤੇ ਨੂੰ ਕੀ ਹੈ ਸ਼ੈਤਾਨ ਨੇ ਹਨਾ ਦੋਸਤਾਂ ਚ ਵੜਿਆ ਤੇ ਵੱਖਰੇ ਨਜ਼ਾਰੇ ਸਨ ਵਜ਼ੀਰਾਂ ਦੀਆਂ ਕੋਠੀਆਂ ਤੇ ਲੀਡਰੀ ਚ ਵਾਰੇ ਸਨ ਇੱਕ ਥਾਂ ਸੀ ਅੱਗ ਦੇ ਲੰਬੂ ਪੈ ਸ਼ੂਕ ਦੇ ਵਿੱਚ ਸਨ ਕੁਝ ਬੰਦੇ ਹਾਏ ਹਾਏ ਕੂਕਦੇ ਅੰਦਰ ਮੈਂ ਪੁੱਛਿਆ ਫਰਿਸ਼ਤੇ ਨੂੰ ਕੀ ਹੈ ਸ਼ੈਤਾਨ ਨੇ ਅੰਦਰ ਚੁੱਪ ਕਰ ਮੂਰਖ ਹੈ ਜੱਜ ਸਾਹਿਬਾਨ ਫਰਿਸ਼ਤੇ ਨੂੰ ਕੀ ਹੈ ਸ਼ੈਤਾਨ ਨੇ ਚੁੱਪ ਕਰ ਮੂਰਖ ਹੈ ਜੱਜ ਸਾਹਿਬਾਨ ਅੰਦਰ ਲੱਭ ਕੋਲ ਮਾਫੀ ਮੰਗੀ ਸਜਦਾ ਮੈਂ ਕਰਕੇ ਡੀਪੀ ਮੇਰਾ ਸ਼ੂਟ ਕੀਤਾ ਉੱਥੇ ਡਰ ਡਰ ਕੇ ਉਹਨੇ ਚਿਰ ਭਾਵੇਂ ਤੁਹਾਡੀ ਆਣ ਕੇ ਜਗਾ ਦਿੱਤਾ ਮੈਂ ਹੱਥ ਚੁੰਮੀ ਉਹਦੇ ਜਿੰਨੇ ਦੋਸਤ ਨੂੰ ਬਚਾ ਦਿੱਤਾ ਬਹੁਤ ਸ਼ੁਕਰੀਆ।